ਹੈਲੋ ਜੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਜੀ ਸਾਰਿਆਂ ਨੂੰ ਮੈਂ ਹਾਂ ਗੁਰਮੀਤ ਕੌਰ ਪੰਜਾਬੀ ਕਾਰਨਰ 'ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਮੈਨੂੰ ਪੂਰੀ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਫਿਰ ਆ ਗਏ ਹਾਂ ਜੀ ਸੋਹਣੇ ਸੋਹਣੇ ਸੂਟ ਲੈ ਕੇ ਅਤੇ ਅੱਜ ਮੈਂ ਤੁਹਾਨੂੰ ਤਿੰਨ ਸੂਟ ਵਿਖਾਊਂਗੀ ਇਹ ਤਿੰਨੇ ਸੂਟ ਨੇ ਜਿਹੜੇ ਮਸ਼ੀਨ ਐਮਬਰਾਇਡਰੀ ਦੇ ਨੇ ਜੀ ਯਾਨੀ ਕਿ ਪੱਫ ਵਾਲੀ ਮਸ਼ੀਨ ਹੈ ਜਿਹੜੀ ਉਹਦੇ ਨਾਲ ਕੰਮ ਕਰਿਆ ਹੋਇਆ ਹੈਗਾ ਅਤੇ ਅਲੱਗ ਅਲੱਗ ਸਟੱਫ 'ਤੇ ਬਣਾਇਆ ਹੋਇਆ ਇਹ ਆਪਾਂ ਤੁਹਾਨੂੰ ਦੱਸਾਂਗੇ ਜੀ ਕਿਹੜੇ ਫੈਬਰਿਕ 'ਤੇ ਬਣਾਇਆ ਹੋਇਆ ਅਤੇ ਤੁਸੀਂ ਕਿਸੇ ਵੀ ਫੈਬਰਿਕ 'ਤੇ ਇਹਨਾਂ ਨੂੰ ਬਣਾ ਸਕਦੇ ਹੋ ਜੇ ਤੁਸੀਂ ਇਹ ਸੂਟ ਮੈਚਿੰਗ ਬਣਾਉਣੇ ਤਾਂ ਮੈਚਿੰਗ ਵੀ ਬਣ ਜਾਣਗੇ ਹੈ ਨਾ ਜਿਸ ਤਰ੍ਹਾਂ ਪਲੇਨ ਸਲਵਾਰ ਦੇ ਨਾਲ ਬਾਕੀ ਤੁਹਾਡੀ ਮਰਜ਼ੀ ਰਹੂਗੀ ਕਿਉਂਕਿ ਜਿਹੜਾ ਅਸੀਂ ਕੰਮ ਕਰਦੇ ਹਾਂ ਜੀ ਤੁਹਾਡੀ ਪਸੰਦ ਅਨੁਸਾਰ ਹੀ ਕਰਦੇ ਹਾਂ ਨਾ ਜਿਸ ਤਰ੍ਹਾਂ ਤੁਸੀਂ ਕਿਆ ਚਾਹੁੰਦੇ ਹੋਗੇ ਵੀ ਇਸ ਤਰ੍ਹਾਂ ਤੁਹਾਨੂੰ ਬਣਾ ਕੇ ਦਿਓ ਉਸੇ ਅਨੁਸਾਰ ਹੀ ਅਸੀਂ ਕੰਮ ਕਰ ਦਿਆਂਗੇ ਅਤੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਜੀ ਸਕਰੀਨਸ਼ਾਟ ਲੈ ਕੇ ਇੱਥੇ ਵਟਸਐਪ ਨੰਬਰ ਚੱਲਦਾ ਹੋਊਗਾ ਸਕਰੀਨ 'ਤੇ ਉੱਥੇ ਤੁਸੀਂ ਵਟਸਐਪ ਕਰਕੇ ਪ੍ਰਾਈਸ ਪੁੱਛ ਲਿਓ ਜੀ ਜੇ ਤੁਹਾਨੂੰ ਰੇਟ ਸਹੀ ਲੱਗਿਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਪਰ ਮੇਰੀ ਹੱਥ ਬੰਨ ਕੇ ਰਿਕੁਐਸਟ ਹੈ ਪਲੀਜ਼ ਕਾਲਸ ਨਾ ਕਰੋ ਜੀ ਫੋਨ ਕਾਲ ਨਾ ਕਰੋ ਮੈਨੂੰ ਸਿਰਫ ਵਟਸਐਪ 'ਤੇ ਮੈਸੇਜ ਕਰੋ ਅਤੇ ਰਿਪਲਾਈ ਦਾ ਵੇਟ ਕਰੋ ਅਤੇ ਮੈਂ ਤੁਹਾਨੂੰ ਜਦੋਂ ਮੈਂ ਤੁਸੀਂ ਮੇਰੇ ਨਾਲ ਗੱਲ ਵੀ ਕਰਨੀ ਹੈਗੀ ਤਾਂ ਤੁਹਾਨੂੰ ਮੈਂ ਟਾਈਮ ਦਿਉਂਗੀ ਵੀ ਇਸ ਟਾਈਮ ਫੋਨ ਕਰ ਲਓ ਕਿਉਂਕਿ ਜੀ ਇੱਕ ਤਾਂ ਹੁਣ ਲੋਕਡਾਊਨ ਕਰਕੇ ਬੱਚਿਆਂ ਨੇ ਜਿਹੜੀਆਂ ਕਲਾਸਾਂ ਨੇ ਆਨਲਾਈਨ ਸ਼ੁਰੂ ਹੋ ਗਏ ਨੇ ਬੱਚੇ ਡਿਸਟਰਬ ਹੋਈ ਜਾਂਦੇ ਨੇ ਕਿਰਪਾ ਕਰਕੇ ਬੇਨਤੀ ਹੈ ਸਿਰਫ ਵਟਸਐਪ ਮੈਸੇਜ ਕਰੋ ਮੈਂ ਤੁਹਾਨੂੰ ਟਾਈਮ ਦਿਉਂਗੀ ਤੁਸੀਂ ਕਾਲ ਕਰ ਲਿਓ ਅਤੇ ਨਾ ਜੀ ਕਾਲ 'ਤੇ ਉਹ ਗੱਲਬਾਤ ਹੁੰਦੀ ਹੈ ਸਿਰਫ ਮੈਨੂੰ ਨਾ ਪੰਜਾਬ ਦੇ ਜਿਹੜੇ ਵਿਊਰਸ ਨੇ ਜ਼ਿਆਦਾ ਉਹ ਕਰ ਰਹੇ ਨੇ ਫੋਨ ਕਰ ਰਹੇ ਨੇ ਵੀ ਇਹਦਾ ਰੇਟ ਦੱਸੋ ਇਹਦਾ ਰੇਟ ਦੱਸੋ ਕਿਰਪਾ ਕਰਕੇ ਜੀ ਮੈਸੇਜ ਕਰੋ ਸਿਰਫ ਮੈਸੇਜ ਕਰੋ ਪਲੀਜ਼ ਮੇਰੀ ਰਿਕੁਐਸਟ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੇ ਚੈਨਲ 'ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ ਇੰਸਟਾਗ੍ਰਾਮ ਦਾ ਲਿੰਕ ਹੈ ਜਿਹੜਾ ਥੱਲੇ ਤੁਹਾਨੂੰ ਮਿਲ ਜੂਗਾ ਉਹਦੇ ਵੀ ਉੱਪਰ ਇਹ ਤੁਹਾਨੂੰ ਸਾਰੀਆਂ ਪਿਕਸ ਮਿਲ ਜਾਣੀਆਂ ਲਓ ਜੀ ਸਭ ਤੋਂ ਫਸਟ ਸੂਟ ਆਪਾਂ ਜਿਹੜਾ ਬਣਾਇਆ ਇਹ ਬਣਾਇਆ ਆਪਾਂ ਬਲੈਕ ਅਤੇ ਇਹ ਬਣਾਇਆ ਆਪਾਂ ਰਾਮਟੈਕਸ ਪਸ਼ਮੀਨੇ 'ਤੇ ਬਣਾਇਆ ਲਓ ਜੀ ਇਹ ਹੈਗਾ ਨਾ ਇਹਦਾ ਘੇਰ ਦਾ ਕੰਮ ਇਸ ਤਰ੍ਹਾਂ ਦੋ ਬਣਾਈਆਂ ਨੇ ਇਹ ਥੱਲੇ ਬਾਰਡਰ ਆ ਇੱਕ ਉਸ ਤੋਂ ਉੱਪਰ ਹੈਗਾ ਅਤੇ ਵਿੱਚ ਇਹਦੇ ਵਾਈਟ ਕਲਰ ਦੇ ਡੋਟਸ ਨੇ ਇਹ ਤੁਸੀਂ ਜਰੀ ਦੇ ਨਾਲ ਵੀ ਪਵਾ ਸਕਦੇ ਹੋਗੇ ਨੈਕਸਟ ਆਪਾਂ ਜਰੀ ਦੇ ਨਾਲ ਕਰਕੇ ਦੇ ਦਿਖਾਵਾਂਗੇ ਤੁਹਾਨੂੰ ਅਤੇ ਸਭ ਤੋਂ ਪਹਿਲਾਂ ਸੂਟ ਅਸੀਂ ਇਹਦਾ ਮੈਚਿੰਗ ਬਣਾ ਕੇ ਦਿੱਤਾ ਸੀ ਬਲੈਕ ਕਮੀਜ਼ ਦੇ ਉੱਪਰ ਅਤੇ ਜਿਹੜਾ ਇਹ ਮਜੈਂਟਾ ਜੀ ਇਹਦੇ ਨਾਲ ਦੀ ਅਸੀਂ ਸਲਵਾਰ ਬਣਾਈ ਸੀ ਮਜੈਂਟਾ ਅਤੇ ਮਜੈਂਟਾ ਦੁਪੱਟੇ ਦੇ ਨਾਲ ਬਹੁਤ ਜ਼ਿਆਦਾ ਉਹ ਸੂਟ ਸੀ ਪਸੰਦ ਕਰਿਆ ਗਿਆ ਕਸਟਮਰ ਵੱਲੋਂ ਅਤੇ ਅਸੀਂ ਨਾ ਆਲ ਓਵਰ ਬਣਾਇਆ ਹੈਗਾ ਬਲੈਕ ਦੇ ਉੱਪਰ ਅਤੇ ਤੁਸੀਂ ਮਜੈਂਟਾ ਸਲਵਾਰ ਦੇ ਨਾਲ ਵੀ ਬਣਾ ਸਕਦੇ ਹੋਗੇ ਇਹਦਾ ਘੇਰੇ ਦਾ ਕੰਮ ਹੈ ਇਹ ਹੈਗਾ ਜੀ ਇਹਦਾ ਨੈਕ ਦਾ ਕੰਮ ਅਤੇ ਇਹ ਜਦੋਂ ਆਪਣਾ ਗਲੇ 'ਤੇ ਆ ਗਿਆ ਆਪਣੀ ਇਹ ਨਾ ਪੂਰੇ ਛਾਤੀ ਦੇ ਉੱਪਰ ਇਹ ਬਰੀਕ ਬਰੀਕ ਡੋਟਸ ਆਉਣਗੇ ਬਹੁਤ ਸੋਹਣਾ ਲੱਗੂਗਾ ਜਦੋਂ ਇਹ ਬਣ ਗਿਆ ਨਾ ਇੱਕ ਜੈਕਟ ਦੀ ਤਰ੍ਹਾਂ ਲੱਗੂਗਾ ਇੱਥੇ ਮੈਂ ਤੁਹਾਨੂੰ ਪਿੱਕ ਲਾ ਦੂੰਗੀ ਪਤਾ ਲੱਗ ਜੂਗਾ ਤੁਹਾਨੂੰ ਵੀ ਕਿਸ ਤਰ੍ਹਾਂ ਲੱਗਦਾ ਅਤੇ ਇੱਕ ਜਿਸ ਤਰ੍ਹਾਂ ਜੈਕਟ ਪਹਿਨੀ ਹੁੰਦੀ ਉਸ ਤਰ੍ਹਾਂ ਦਾ ਲੱਗੂਗਾ ਇੱਥੇ ਤੱਕ ਆ ਜੂਗਾ ਇਹ ਬਹੁਤ ਸੋਹਣਾ ਲੱਗਦਾ ਜੀ ਇਹ ਜੇ ਤੁਸੀਂ ਇਹਨੂੰ ਕਿਸੇ ਵੀ ਕਲਰ 'ਤੇ ਕਰਵਾ ਸਕਦੇ ਹੋਗੇ ਜੇ ਤੁਸੀਂ ਇਹਦੀ ਵਾਈਟ ਦੀ ਜਗ੍ਹਾ ਜਰੀ ਦਾ ਕੰਮ ਕਰਵਾਉਣਾ ਜਰੀ ਦਾ ਹੋ ਜੂਗਾ ਅਤੇ ਨੈਕਸਟ ਆ ਰਿਹਾ ਜੀ ਆਪਣਾ ਜਰੀ 'ਚ ਬਣ ਕੇ ਮੈਂ ਕਾਰੀਗਰ ਨੂੰ ਕਿਹਾ ਵੀ ਜਰੀ 'ਚ ਕਰਾ ਬਣਾ ਕੇ ਦਿਓ ਇਹ ਹੋ ਗਈ ਜੀ ਇਹਦੀ ਨੈੱਕ ਇਸ ਤਰ੍ਹਾਂ ਅਤੇ ਇਹ ਹੋ ਗਿਆ ਘੇਰ ਦਾ ਕੰਮ ਤੁਸੀਂ ਜੇ ਇਹ ਸੂਟ ਤਿਆਰ ਕਰਵਾਓਗੇ ਆਪਣੀ ਕਮੀਜ਼ ਦੀ ਲੰਬਾਈ ਜ਼ਰੂਰ ਦੱਸਿਓ ਵੀ ਕਿੰਨੀ ਲੰਬਾਈ ਆਊਗੀ ਤੁਹਾਨੂੰ ਕਿਉਂਕਿ ਕਈ ਸੂਟਾਂ ਦੇ ਫਿਰ ਆਪਾਂ ਨੂੰ ਜਿਹਦਾ ਨੈੱਕ ਬਣਦਾ ਲੰਬਾਈ ਦੱਸਣੀ ਪੈਂਦੀ ਹੈ ਬਹੁਤ ਜ਼ਿਆਦਾ ਹੈਵੀ ਲੁੱਕ ਦੇਊਗਾ ਸੂਟ ਤੁਹਾਨੂੰ ਬਹੁਤ ਸੋਹਣਾ ਲੱਗੂਗਾ ਅਤੇ ਤੁਸੀਂ ਇਹਦੇ ਨਾਲ ਦੁਪੱਟਾ ਜੀ ਮਜੈਂਟਾ ਕਲਰ ਦਾ ਵੀ ਲੈ ਸਕਦੇ ਹੋ ਅਤੇ ਬਲੈਕ ਵੀ ਲੈ ਸਕਦੇ ਹੋ ਅਤੇ ਬਲੈਕ ਵਾਈਟ ਅਤੇ ਮਜੈਂਟਾ 3D ਡਾਈ ਵੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਪਸੰਦ ਹੋਊਗਾ ਤੁਸੀਂ ਦੱਸ ਦਿਓ ਆਪਾਂ ਉਸ ਤਰ੍ਹਾਂ ਤੁਹਾਨੂੰ ਕਰਕੇ ਦੇ ਦਾਂਗੇ ਇਹ ਹੈਗਾ ਜੀ ਇਹਦੀ ਬਾਂਹ ਦਾ ਕੰਮ ਦੇਖੋ ਕਿੰਨਾ ਪਿਆਰਾ ਕਰਿਆ ਹੋਇਆ ਜਿਹੜਾ ਤੁਹਾਨੂੰ ਕੰਮ ਮਿਲੂਗਾ ਜੀ ਬਿਲਕੁਲ ਫਿਨਿਸ਼ਿੰਗ ਵਾਲਾ ਮਿਲੂਗਾ ਨੀਟ ਐਂਡ ਕਲੀਨ ਸਾਰਾ ਦੇਖੋ ਕਿੰਨਾ ਪਿਆਰਾ ਕੰਮ ਹੈ ਲਓ ਜੀ ਪਹਿਲਾ ਸੂਟ ਇਹ ਹੈਗਾ ਗਾ ਅਤੇ ਇਹ ਕਰਿਆ ਹੋਇਆ ਆਪਾਂ ਉਹਦੇ ਉੱਪਰ ਪਸ਼ਮੀਨੇ ਦੇ ਉੱਪਰ ਰਾਮਟੈਕਸ 'ਤੇ ਕਰਿਆ ਹੋਇਆ ਬਾਕੀ ਤੁਸੀਂ ਕਿਸੇ ਵੀ ਫੈਬਰਿਕ 'ਤੇ ਕਰਵਾ ਸਕਦੇ ਹੋਗੇ ਇਹ ਤੁਹਾਡੀ ਮਰਜ਼ੀ ਰਹੂਗੀ ਜੇ ਸੂਟ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਵਟਸਐਪ ਕਰ ਸਕਦੇ ਹੋ ਠੀਕ ਹੈ ਜੀ ਇਹ ਅਸੀਂ ਸਟਿਚਿੰਗ ਦੇ ਲਈ ਜਾਣੇ ਨੇ ਸੂਟ ਮੈਂ ਸੋਚਿਆ ਪਹਿਲਾਂ ਫਟਾਫਟ ਵੀਡੀਓ ਬਣਾ ਦਾਂ ਅਤੇ ਨੈਕਸਟ ਹੈਗਾ ਜੀ ਆਪਣਾ ਸੂਟ ਇਹ ਆਪਾਂ ਤਿਆਰ ਕਰਿਆ ਹੋਇਆ ਸਿਲਕ ਦੇ ਉੱਪਰ ਡੁਪੀਅਨ 'ਤੇ ਕਰਿਆ ਇਹ ਬੇਬੀ ਪਿੰਕ ਕਲਰ ਹੈ ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਡੁਪੀਅਨ ਬਹੁਤ ਜ਼ਿਆਦਾ ਸ਼ਰਿੰਕ ਹੁੰਦੀ ਹੈ ਇਸ ਕਰਕੇ ਆਪਾਂ ਇਹਨੂੰ ਨਾ ਧੋਣ ਤੋਂ ਬਾਅਦ ਹੀ ਕੰਮ ਕਰਾਉਂਦੇ ਹਾਂ ਇਹ ਹੈਗਾ ਜੀ ਇਹਦਾ ਘੇਰ ਦਾ ਕੰਮ ਘੇਰ ਦੇ ਉੱਪਰ ਆਊਗਾ ਮੈਂ ਇੱਧਰ ਸਿੱਧਾ ਕਰਕੇ ਦਿਖਾ ਦਿੰਦਾ ਤੁਹਾਡੇ ਵੱਲ ਨੂੰ ਇਹ ਘੇਰ ਦੇ ਉੱਪਰ ਆਊਗਾ ਅਤੇ ਪੂਰੀ ਕਮੀਜ਼ ਦੇ ਵਿੱਚ ਉੱਪਰ ਨੂੰ ਬੂਟੀ ਜਾਂਦੀ ਹੈਗੀ ਇਸ ਤਰ੍ਹਾਂ ਦੀ ਬੂਟੀ ਤੁਹਾਨੂੰ ਕਮੀਜ਼ ਦੇ ਵਿੱਚ ਮਿਲੂਗੀ ਅਤੇ ਤੁਹਾਨੂੰ ਕਮੀਜ਼ ਦੇ ਘੇਰ 'ਤੇ ਮਿਲੂਗਾ ਅਤੇ ਇੰਨਾ ਹੀ ਕੰਮ ਹੈ ਜਿਹੜਾ ਬਾਂਹ ਦੇ ਉੱਪਰ ਕਰਿਆ ਹੋਇਆ ਇਹ ਹੈਗਾ ਜੀ ਇਹਦੀ ਬਾਂਹ ਦਾ ਵਰਕ ਇਹ ਦੇਖੋ ਇਹ ਬਾਂਹ 'ਤੇ ਆਊਗਾ ਅਤੇ ਇਹਦੇ ਨਾਲ ਹੈਗਾ ਜੀ ਇਹ ਵਾਲਾ ਚਨੂਨ ਦਾ ਦੁਪੱਟਾ
ਤੇ 4 ਸਾਈਡ ਦੁਪੱਟੇ ਨੂੰ ਵੀ ਵਰਕ ਕਰਿਆ ਹੋਇਆ। ਸ਼ਨੂਨ ਦਾ ਦੁਪੱਟਾ ਤੁਸੀਂ ਔਰਗੈਂਜਾ ਤੇ ਵੀ ਕਰਵਾ ਸਕਦੇ ਹੋ, ਤੁਹਾਡੀ ਮਰਜ਼ੀ ਰਹੂਗੀ। ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਕੱਟ ਵਰਕ ਬਹੁਤ ਜ਼ਿਆਦਾ ਵੱਡਾ ਹੈ ਨਾ, ਵੱਡਾ ਵੱਡਾ ਲੱਗਦਾ, ਤੁਹਾਨੂੰ ਇਹ ਫੁੱਲ ਤੁਸੀਂ ਛੋਟੇ ਵੀ ਕਰਵਾ ਸਕਦੇ ਹੋ, ਕੱਟ ਵਰਕ ਫਿਰ ਇੰਨੀ ਕੀ ਰਹਿ ਜੂਗੀ। ਇਹ ਜਿਸ ਤਰ੍ਹਾਂ ਦਾ ਡਿਜ਼ਾਇਨ ਹੈ ਨਾ, ਆਪਾਂ ਨੂੰ ਕਸਟਮਰ ਭੇਜਦੇ ਨੇ ਵੀ ਇਸ ਤਰ੍ਹਾਂ ਦਾ ਬਣਾ ਕੇ ਦਿਓ, ਫਿਰ ਆਪਾਂ ਉਸ ਤਰ੍ਹਾਂ ਦਾ ਹੀ ਬਣਾ ਕੇ ਦਿੰਦੇ ਹਾਂਗੇ। ਇਹ ਦੇਖੋ, ਇਹਦੇ ਨਾਲ ਦੇ ਪਹਿਲਾਂ ਮੈਂ 2 ਸੂਟ ਤਿਆਰ ਕਰੇ ਸੀ ਇੰਸਟਾਗ੍ਰਾਮ 'ਤੇ ਉਹਦੀ ਪਿੱਕ, ਪਰ ਮੈਥੋਂ ਨਾ ਵੀਡੀਓ ਅਪਲੋਡ ਨਹੀਂ ਹੋਈ। ਇਹ ਇੰਸਟਾਗ੍ਰਾਮ ਤੋਂ ਹੀ ਮੇਰੇ ਕੋਲ ਸੀ ਜਿਹੜਾ ਔਡਰ ਆਇਆ ਸੀ ਇੰਸਟਾਗ੍ਰਾਮ ਤੋਂ ਪਿੱਕ ਦੇਖ ਕੇ। ਲਓ ਜੀ, ਇਹ ਹੈਗਾ ਆਪਣਾ ਦੁਪੱਟੇ ਦੇ ਨਾਲ ਚਨੂਨ ਦਾ ਦੁਪੱਟਾ। ਤੁਸੀਂ ਦੁਪੱਟਾ ਇਹਦੇ ਨਾਲ ਉਹ ਵੀ ਲੈ ਸਕਦੇ ਹੋਗੇ ਆਪਣਾ ਟੈਬੀ ਸਿਲਕ ਦਾ, ਜਾਂ ਲੈ ਸਕਦੇ ਹੋ ਜੀ ਤੁਸੀਂ ਔਰਗੈਂਜਾ ਦਾ, ਇਹ ਤੁਹਾਡੀ ਮਰਜ਼ੀ ਰਹੂਗੀ। ਪਰ ਇਹ ਸਟਰੋਂਗ ਕੱਪੜੇ 'ਤੇ ਹੀ ਕੰਮ ਹੋਊਗਾ, ਜਿਹੜਾ ਕਢਾਈ ਦਾ ਕੰਮ ਹੁੰਦਾ ਹੈਗਾ ਹਲਕੇ 'ਤੇ ਆਪਾਂ ਇਹਨੂੰ ਕਰ ਨਹੀਂ ਸਕਦੇ, ਕਿਉਂਕਿ ਦੁਪੱਟਾ ਫਟਣ ਦਾ ਚਾਂਸ ਰਹਿੰਦਾ। ਅਤੇ ਇਹ ਡੁਪੀਅਨ 'ਤੇ ਕਰਿਆ ਹੋਇਆ, ਤੁਹਾਡੀ ਮਰਜ਼ੀ ਹੈ ਜੀ, ਤੁਸੀਂ ਕਿਸੇ ਵੀ ਫੈਬਰਿਕ 'ਤੇ ਕਰਵਾ ਸਕਦੇ ਹੋ, ਕਰੇਪ 'ਤੇ ਕਰਵਾ ਸਕਦੇ ਹੋ, ਵਿੰਟਰ ਸੀਜ਼ਨ ਵਾਲੇ 'ਤੇ ਕਰਵਾ ਸਕਦੇ ਹੋਗੇ। ਅਤੇ ਬਾਕੀ ਵਿੰਟਰ ਸੀਜ਼ਨ ਵਾਲੇ ਹੈਵੀ ਸੋਹਣੇ ਲੱਗਦੇ ਹੁੰਦੇ ਨੇ, ਕੋਟਨ ਵਾਲੇ ਥੋੜ੍ਹੇ ਜਿਹੇ ਹਲਕੇ ਸੋਹਣੇ ਲੱਗਦੇ ਨੇ, ਇਸ ਗੱਲ ਦਾ ਧਿਆਨ ਰੱਖਿਆ ਕਰੋ। ਜੇ ਤੁਸੀਂ ਮੈਥੋਂ ਸਲਾਹ ਪੁੱਛਦੇ ਹੋ ਜੀ, ਮੰਗਦੇ ਹੋ, ਫਿਰ ਮੈਂ ਜ਼ਰੂਰ ਦਿੰਦੀ ਹੁੰਦੀ ਹਾਂ ਵੀ ਭਾਈ ਤੁਸੀਂ ਵਿੰਟਰ ਵਾਲੇ ਬੇਸ਼ੱਕ ਹੈਵੀ ਕਰਵਾ ਲਓ, ਪਰ ਕੋਟਨ ਵਾਲਾ ਕੰਮ ਹਲਕਾ ਰੱਖਿਓ ਅਤੇ ਕੋਟਨ ਵਾਲੇ ਦੁਪੱਟੇ ਹੈਵੀ ਕਰਵਾ ਲਿਆ ਕਰੋ। ਲਓ ਜੀ, ਨੈਕਸਟ ਸੂਟ ਹੈਗਾ, ਬਹੁਤ ਸੋਹਣਾ ਡਿਜ਼ਾਇਨ ਹੈ, ਥੋੜ੍ਹਾ ਜਿਹਾ ਇਗਨੋਰ ਕਰਿਓ, ਵਲ ਪਏ ਪਏ ਨੇ ਅਤੇ ਹੁਣ ਲਾਈਟ ਵੀ ਨਹੀਂ ਹੈਗੀ ਵੀ ਮੈਂ ਪ੍ਰੈਸ ਮਾਰ ਦੂੰ, ਕਿਉਂਕਿ ਮੀਂਹ ਨਾਲ ਨਾ ਮੌਸਮ ਖਰਾਬ ਹੈ ਅਤੇ ਲਾਈਟ 'ਤੇ ਬਹੁਤ ਜ਼ਿਆਦਾ ਕੱਟ ਲੱਗ ਰਹੇ ਨੇ। ਇਹ ਦੇਖੋ, ਇਹ ਆਪਾਂ ਤਿਆਰ ਕਰਿਆ ਹੋਇਆ ਜੀ, ਇਹ ਸ਼ੇਡ ਹੈਗਾ ਗਾ ਪੀਕੌਕ ਸ਼ੇਡ, ਵੀਡੀਓ ਦੇ ਵਿੱਚ ਬਿਲਕੁਲ ਤੁਹਾਨੂੰ ਸਹੀ ਆ ਰਿਹਾ। ਇਹ ਆਪਾਂ ਬਣਾਇਆ ਹੋਇਆ ਹੈਗਾ ਕਰੇਪ 'ਤੇ ਉੱਪਰ, ਨੈਚੁਰਲ ਕਰੇਪ 'ਤੇ। ਦੇਖੋ ਇਹ ਹੈਗਾ ਇਹਦਾ ਘੇਰ ਦਾ ਡਿਜ਼ਾਇਨ, ਠੀਕ ਹੈ ਜੀ। ਇਹ ਹੈਗਾ ਇਹਦਾ ਗਲੇ ਦਾ ਡਿਜ਼ਾਇਨ, ਇਹ ਨੈਕ 'ਤੇ ਆਊਗਾ, ਦੇਖੋ ਕਿੰਨਾ ਪਿਆਰਾ ਕੰਮ ਹੈ। ਇਹਦੇ ਨਾਲ ਆਪਣਾ ਜਲਦੀ ਸੇਮ ਡਿਜ਼ਾਇਨ ਹੈਂਡ ਵਰਕ ਵੀ ਬਣ ਕੇ ਆ ਰਿਹਾ, ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਪਰ ਇਹ ਆਪਾਂ ਬਣਾਇਆ ਹੈਗਾ ਮਸ਼ੀਨ ਦੇ ਵਿੱਚ। ਇਹ ਹੋ ਗਈ ਨੈਕ, ਇਹ ਹੋ ਗਿਆ ਘੇਰ, ਕਿੰਨਾ ਹੈਵੀ ਘੇਰ ਹੈ। ਅਤੇ ਇਹ ਹੋ ਗਈ ਜੀ ਆਪਣੀ ਬਾਂਹ, ਇਹ ਬਾਂਹ ਦਾ ਕੰਮ ਆ ਗਿਆ। ਅਤੇ ਇਹ ਹੋ ਗਈ ਜੀ ਆਪਣੀ ਸਲਵਾਰ, ਠੀਕ ਹੈ ਜੀ। ਅਤੇ ਇਹਦੇ ਨਾਲ ਜਿਹੜਾ ਦੁਪੱਟਾ ਮਿਲੂਗਾ ਤੁਹਾਨੂੰ, ਇਹਦੇ ਨਾਲ ਦੁਪੱਟਾ ਆਪਾਂ ਪਿਓਰ ਚਨੂਨ ਦਾ ਦੁਪੱਟਾ, ਅਤੇ ਇਹਦੇ ਨਾਲ ਜਿਹੜਾ ਦੁਪੱਟਾ ਲਾਵਾਂਗੇ ਜੀ ਇਹ ਵਾਲਾ ਲਾਵਾਂਗੇ ਚਨੂਨ ਦਾ ਦੁਪੱਟਾ ਲਾ ਕੇ, ਹੈ ਨਾ, ਇੱਕੋ ਹੀ ਕਲਰ ਦਾ ਪਿੰਕ ਕਲਰ ਦਾ ਦੁਪੱਟਾ ਲਾ ਕੇ, ਅਤੇ ਉਹਨੂੰ ਆਪਾਂ ਗੋਲਡਨ ਕਲਰ ਦੀ ਲੇਸ ਦੇਵਾਂਗੇ। ਅਤੇ ਇਹਦੇ ਨਾਲ ਮੈਂ ਤੁਹਾਨੂੰ ਪ੍ਰਾਈਸ ਦੱਸੂੰਗੀ, ਇਹਦਾ ਚਨੂਨ ਦੇ ਦੁਪੱਟੇ ਦੇ ਨਾਲ ਪ੍ਰਾਈਸ ਦੱਸੂੰਗੀ ਜਦੋਂ ਤੁਸੀਂ ਪੁੱਛੋਗੇ। ਅਤੇ ਬਹੁਤ ਸੋਹਣਾ ਲੱਗੂਗਾ ਇਹ ਪਾਇਆ ਹੋਇਆ, ਸਲਵਾਰ ਦਾ ਕੰਮ ਮੈਂ ਕਰਿਆ ਹੋਇਆ, ਹੈਵੀ ਲੁੱਕ ਦਿਓਗਾ ਜੀ। ਪਾਰਟੀ ਵੀਅਰ ਸੂਟ ਹੈ, ਨਾਲੇ ਤਾਂ ਜੀ ਇਹ ਪਾਰਟੀ ਵੀਅਰ ਹੈ, ਨਾਲੇ ਤੁਸੀਂ ਦੇਖੋ ਘਰੇ ਆਰਾਮ ਦੇ ਨਾਲ ਇਹਨੂੰ ਧੋ ਸਕਦੇ ਹੋ, ਉਹਨੂੰ ਕੁਛ ਨਹੀਂ ਹੋਣਾ, ਨਾ ਇਹਦੀ ਕਢਾਈ ਖਰਾਬ ਹੋਵੇ, ਨਾ ਇਹਦੀ ਫਿਨਿਸ਼ਿੰਗ ਖਰਾਬ ਹੋਵੇ। ਅਤੇ ਬਾਕੀ ਹੈਵੀ ਲੁੱਕ ਦਿਓਗਾ, ਤੁਸੀਂ ਗੁਰਦੁਆਰਾ ਸਾਹਿਬ ਜਾਣਾ, ਕਿਤੇ ਪਾਰਟੀ 'ਤੇ ਜਾਣਾ, ਤੁਸੀਂ ਪਹਿਨ ਸਕਦੇ ਹੋ ਉਹਨੂੰ, ਦੇਖੋ ਕਿੰਨਾ ਪਿਆਰਾ ਹੈਗਾ। ਲਓ ਜੀ, ਅੱਜ ਆਪਾਂ ਤੁਹਾਨੂੰ 3 ਸੂਟ ਦਿਖਾਏ ਨੇ, 3 ਇਹ ਨੇ ਜਿਹੜੇ ਮਸ਼ੀਨ ਵਰਕ ਦੇ ਨੇ, ਇਹ ਆਪਾਂ ਕਰੇਪ 'ਤੇ ਬਣਾਇਆ, ਤੁਸੀਂ ਕਿਸੇ ਵੀ ਫੈਬਰਿਕ 'ਤੇ ਬਣਾ ਸਕਦੇ ਹੋ। ਜੇ ਤੁਸੀਂ ਸਲਵਾਰ ਦਾ ਕੰਮ ਸਕਿੱਪ ਕਰਾਉਣਾ ਤਾਂ ਤੁਸੀਂ ਸਲਵਾਰ ਦਾ ਕੰਮ ਸਕਿੱਪ ਕਰਵਾ ਸਕਦੇ ਹੋਗੇ, ਪੂਰਾ ਸੋਹਣਾ ਜਿਹੜਾ ਤੁਹਾਨੂੰ ਕੰਮ ਮਿਲੂਗਾ ਜੀ। ਕਿਤੋਂ ਵੀ ਇਸ ਤਰ੍ਹਾਂ ਨਹੀਂ ਹੋਊਗਾ ਵੀ ਤੁਹਾਡੀ ਸਾਡੀ ਜਿਹੜੀ ਕਢਾਈ ਦੀ ਆ ਜਿਹੜੀ ਫਿਨਿਸ਼ਿੰਗ ਖਰਾਬ ਆ ਜਾਂ ਕੁਛ ਹੋਰ ਆ, ਥੋੜ੍ਹਾ ਜਿਹਾ ਜਿਹੜੀ ਕਮੀਜ਼ ਦੇ ਵਿੱਚ ਵਲਨੇ ਦਾ ਇਗਨੋਰ ਕਰਿਓ, ਕਿਉਂਕਿ ਲਾਈਟ ਨਹੀਂ ਹੈਗੀ। ਲਓ ਜੀ, ਅੱਜ ਆਪਾਂ ਤੁਹਾਨੂੰ ਦਿਖਾਏ ਨੇ 3 ਸੂਟ, ਅਤੇ ਇੱਕ ਪਿੰਕ ਬਣਾਇਆ ਹੋਇਆ ਹੈਗਾ ਡੁਪੀਅਨ 'ਤੇ, ਤੁਸੀਂ ਇਹ ਵੀ ਕਿਸੇ ਫੈਬਰਿਕ 'ਤੇ ਬਣਾ ਸਕਦੇ ਹੋ। ਇਹ ਬਣਾਇਆ ਹੋਇਆ ਜੀ ਮੋਰ ਪੰਖੀ ਸੂਟ ਹੈ ਜਿਹੜਾ ਕਰੇਪ 'ਤੇ, ਇਹ ਵੀ ਤੁਸੀਂ ਕਿਸੇ ਵੀ ਫੈਬਰਿਕ 'ਤੇ ਬਣਾ ਸਕਦੇ ਹੋ, ਅਤੇ ਡੁਪੀਅਨ ਨਾਲ ਹੈਵੀ 4 ਸਾਈਡ ਦੁਪੱਟਾ ਹੈਗਾ। ਅਤੇ ਬਲੈਕ ਬਣਾਇਆ ਹੋਇਆ ਜੀ ਆਪਾਂ ਪਸ਼ਮੀਨਾ 'ਤੇ, ਰਾਮਟੈਕਸ 'ਤੇ, ਬਿਲਕੁਲ ਜੈੱਡ ਬਲੈਕ ਇਹ ਪਸ਼ਮੀਨਾ ਹੈਗਾ, ਅਤੇ ਇਹ ਵੀ ਤੁਸੀਂ ਕਿਸੇ ਵੀ ਫੈਬਰਿਕ 'ਤੇ ਬਣਾ ਸਕਦੇ ਹੋ। 3 ਡਿਜ਼ਾਇਨ ਨੇ, ਜੇ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਇਨ ਪਸੰਦ ਆਉਂਦਾ, ਸਕਰੀਨਸ਼ੋਟ ਲੈ ਕੇ ਜੀ ਵਟਸਐਪ 'ਤੇ ਤੁਸੀਂ ਮੈਨੂੰ ਪ੍ਰਾਈਸ ਪੁੱਛ ਸਕਦੇ ਹੋ। ਜੇ ਤੁਹਾਨੂੰ ਪ੍ਰਾਈਸ ਇਹਨਾਂ ਨਾਲ ਠੀਕ ਲੱਗਿਆ ਤਾਂ ਤੁਸੀਂ ਮੈਨੂੰ ਔਡਰ ਕਰ ਸਕਦੇ ਹੋਗੇ, ਪਲੀਜ਼ ਕਾਲ ਨਾ ਕਰਿਓ, ਸਿਰਫ ਮੈਸੇਜ ਹੀ ਕਰਿਓ, ਮੈਂ ਤੁਹਾਨੂੰ ਦੱਸੂਗੀ ਵੀ ਇਸ ਟਾਈਮ ਕਾਲ ਕਰ ਲਿਓ ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ। ਚਲੋ ਜੀ, ਆਪਾਂ ਇਹਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ, ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ, ਇਹ ਚੈਨਲ 'ਤੇ ਨਵੇਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਮੇਰਾ ਵਸਤਾ ਰਹੇ ਪੰਜਾਬ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਬਾਏ।